11 ਤੇ 12 ਦੇ ਦਰਮਿਆਨੀ ਰਾਤ ਨੂੰ ਟੰਡਾ ਵਿਖੇ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ 17 ਜਿਹੜਾ ਗੌਤਮ ਸੀਗਾ ਉਹਨਾਂ ਦੀ ਹੱਤਿਆ ਕਰਤੀ ਗਈ ਸੀ। ਇਹਦੇ ਸੰਬੰਧ ਵਿੱਚ ਜਦੋਂ ਇਹ ਇਨਫੋਰਮੇਸ਼ਨ ਮਿਲੀ ਹੈ ਅਤੇ ਕਿਉਂਕਿ ਜੀ ਐਲ ਪੀ ਨਾਲ ਸੰਬੰਧਿਤ ਸੀਗਾ ਇੰਸੀਡੈਂਟ, ਇਮੀਡੀਏਟਲੀ ਉੱਥੇ ਕੇਸ ਰਜਿਸਟਰ ਕੀਤਾ ਗਿਆ। ਕੇਸ ਰਜਿਸਟਰ ਕਰਨ ਤੋਂ ਬਾਅਦ ਜਦੋਂ ਇਹ ਮਾਮਲਾ ਮਾਨਯੋਗ ਡੀ ਜੀ ਪੀ ਸਾਹਿਬ ਦੇ ਧਿਆਨ ਵਿੱਚ ਆਇਆ, ਉਹਨਾਂ ਨੇ ਇਮੀਡੀਏਟਲੀ ਮਾਨਯੋਗ ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਨੂੰ ਇਹਦੇ ਲਈ ਨਿਰਦੇਸ਼ ਦਿੱਤੇ ਕਿ ਇਹ ਮਾਮਲਾ ਜਿਹੜਾ ਕਿ ਸੈਂਸਿਟਿਵ ਹੈ ਅਤੇ ਇਹ 'ਤੇ ਇਮੀਡੀਏਟਲੀ ਜਿਹੜਾ ਐਕਸ਼ਨ ਜਿਹੜਾ ਉਹ ਕੀਤਾ ਜਾਵੇ ਔਰ ਤੁਰੰਤ ਜਿਹੜਾ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ। ਪਹਿਲਾਂ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਅਤੇ ਹੁਣ ਕਿੰਨੇ? ਇਹਦੇ ਸੰਬੰਧ ਵਿੱਚ ਪਹਿਲਾਂ 8 ਦੋਸ਼ੀ ਸੀਗੇ ਜਿਹੜੇ ਅਸੀਂ ਅਰੈਸਟ ਕੀਤੇ ਸੀਗੇ ਔਰ ਅੱਜ ਜਿਹੜੇ ਸੀਗੇ ਅਰਲੀ ਇਨ ਦਾ ਮਾਰਨਿੰਗ 2 ਦੋਸ਼ੀ ਜਿਹੜੇ ਆ ਹੋਰ ਅਰੈਸਟ ਕੀਤੇ ਆ, ਜਿਹੜਾ ਕਿ ਇੱਕ ਮੇਨ ਦੋਸ਼ੀ ਜਿਹੜਾ ਉਹ ਅਸੀਂ ਅਰੈਸਟ ਕੀਤਾ ਹੈਗਾ। ਇਹਨਾਂ ਦਾ 2 ਦਿਨ ਦਾ ਸਾਡੇ ਕੋਲ ਪੁਲਿਸ ਰਿਮਾਂਡ ਆ ਅਤੇ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ। ਪੁੱਛਗਿੱਛ ਕਰਨ ਤੋਂ ਬਾਅਦ ਜਿਹੜੇ ਹੋਰ ਇਹਨਾਂ ਦੇ ਆਕਾ ਹੈਗੇ ਆ ਉਹਨਾਂ 'ਤੇ ਅਸੀਂ ਜਿਹੜੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈਗਾ। DSP ਰਾਜ ਕੁਮਾਰ ਜੀ ਨੇ ਟਾਂਡਾ ਤੋਂ ਅਤੇ DSP ਅਸ਼ਮੀ ਅਤਰੀ ਜੀ ਨੇ ਇਹ GRP ਤੋਂ ਨੇ, ਇੰਚਾਰਜ CAA ਇੱਥੋਂ, SHO GRP ਇਹ ਲੱਗੇ ਹੋਏ ਨੇ। ਵਿਸ਼ੇਸ਼ ਟੀਮਾਂ ਦਾ ਇਹਦੇ ਲਈ ਗਠਨ ਕੀਤਾ ਗਿਆ ਅਤੇ ਜਿਹੜੀ ਛਾਪੇਮਾਰੀ ਹੈ ਉਹ ਵੱਖ ਵੱਖ ਜਗ੍ਹਾ 'ਤੇ ਅਸੀਂ ਕੀਤੀ ਹੈ। ਇਹ ਵੀ ਸਰ ਕਿਸ ਤਰ੍ਹਾਂ ਨੈਟਵਰਕ ਕਿਵੇਂ ਕੰਮ ਕਰਦਾ ਸੀ? ਜਿੱਦਾਂ ਲੋਕਲ ਲੈਵਲ 'ਤੇ ਜਿਹੜੀਆਂ ਗਾਵਾਂ ਸੀਗੀਆਂ ਉਹ ਇਕੱਠੀਆਂ ਕਰਨ ਵਾਲਾ ਜਿਹੜਾ ਸੀ ਉਹ 2000 ਰੁਪਏ ਦੀ ਪਰਚੇਜ਼ ਕਰਦਾ ਸੀਗਾ ਹੈ ਨਾ, ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਜਗ੍ਹਾ ਸੀਗਾ ਉਹ 4000 ਰੁਪਇਆ ਦੀ ਵੇਚ ਹੁੰਦੀ ਸੀਗੀ ਅਤੇ ਗਾਂ ਜਿਹੜਾ ਫਰਦਰ ਸੀਗਾ ਉਹ 7000 ਰੁਪਏ ਦੀ ਪਰ ਕੈਟਲ ਦੇ ਹਿਸਾਬ ਨਾਲ ਇਹਦੀ ਇਹਨੂੰ ਵੇਚਿਆ ਜਾਂਦਾ ਸੀਗਾ। ਔਰ ਇਹ ਜਿਹੜਾ ਗੈਂਗ ਹੈਗਾ ਜਿੱਦਾਂ ਪੰਜਾਬ, ਹਰਿਆਣਾ, ਰਾਜਸਥਾਨ, UP, ਦਿੱਲੀ ਤੱਕ ਇਹਦਾ ਜਿਹੜਾ ਗਰੋਹ ਦੇ ਮੈਂਬਰ ਜਿਹੜੇ ਉਹ ਫੈਲੇ ਹੋਏ ਆ ਔਰ ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇਹਦਾ ਕਾਫੀ ਨੈਟਵਰਕ ਜਿੱਦਾਂ ਮਲੇਰਕੋਟਲਾ, ਲੁਧਿਆਣਾ, ਖੰਨਾ, ਗੁਰਦਾਸਪੁਰ, ਜਲੰਧਰ ਇੱਥੇ ਤੱਕ ਸਾਰੇ ਇਹਨਾਂ ਦੇ ਜਿਹੜੇ ਬੰਦੇ ਆ ਉਹ ਫੈਲੇ ਹੋਏ ਸੀ। ਸਰ 7-8 ਹੁੰਦੇ 10 ਦੇ ਕਰੀਬ ਜਿਹੜੇ ਬੰਦੇ ਹੋਣ ਲੱਗੇ, ਇਹ ਆਪਸ ਦੇ ਵਿੱਚ ਪੈਸੇ ਦੀ ਕਿਸ ਤਰ੍ਹਾਂ ਮਾਲਿੰਗ ਵਗੈਰਾ ਕਰਦੇ ਸੀ? ਇਹ ਪੈਸੇ ਜਿਹੜੇ ਸੀਗੇ ਇਹ ਆਪਸ ਵਿੱਚ ਜਿੰਨਾ ਸਮਾਨ ਗਾਂਹ ਵੇਚਦੇ ਸੀਗੇ ਉਹਦੇ ਮੁਤਾਬਕ ਇਹ ਪੂਲ ਕਰ ਲੈਂਦੇ ਸੀ ਆਪਸ ਵਿੱਚ ਕਿੰਨਾ ਕਿੰਨਾ ਕਿਹਦਾ ਕਿਹਦਾ ਹਿੱਸਾ ਹੈ ਉਹਦੇ ਹਿਸਾਬ ਨਾਲ ਇਹ ਪੈਸੇ ਜਿਹੜੇ ਉਹ ਵੰਡਦੇ ਸੀ। ਜਿਵੇਂ ਦੱਸ ਦਿੱਤਾ ਨਾ ਕਿ ਲੋਕਲ ਲੈਵਲ 'ਤੇ ਜਿਹਨੇ ਪਰ ਕੈਟਲ 2000 ਲੈਣਾ ਔਰ ਅਗਲੇ ਵਾਲੇ ਨੇ 4000, ਉਦੋਂ ਅਗਲੇ ਵਾਲੇ ਨੇ 7000, ਜਿੱਥੇ ਚਲੇ ਜਾਣਾ ਉਹ ਫਿਰ ਫਰਦਰ ਜਿਹੜਾ ਉਹਦਾ ਜੋ ਵੀ ਹੋਏਗਾ ਮਾਰਕੀਟ ਰੇਟ ਦੇ ਹਿਸਾਬ ਨਾਲ। ਇਸ ਅੱਗੇ ਤਸਕਰੀ ਸਾਰੇ ਮੁਸਲਿਮ ਸੀ ਕੋਈ ਹੋਰ ਵੀ? ਨਹੀਂ, ਇਹਦੇ ਵਿੱਚ ਲੋਕਲ ਵੀ ਹੈਗੇ ਜਿੱਦਾਂ ਕੋਟਲੀ ਸ਼ੇਖਾਂ ਤੋਂ ਸੀਗੇ, ਪੱਪੀ ਸਤਪਾਲ ਉੱਤੇ 5 ਪਰਚੇ ਦਰਜ ਹੈਗੇ ਪਹਿਲਾਂ ਜੀ, ਉਹ ਪਿੰਡ ਦੇ 2-3 ਬੰਦੇ